अज तो देश भर में धार्मिक अस्थान खोले जाने के सरकार के फैसले के चलद सचखंड श्री हरिमंदर साहब विखे संगत नतमस्तक होने पहुंची। इस मौके संगत काफ़ी खुशी का माहौल देखने को मिला। दो महीने तो ज़्यादा समय तो कोविड-19 के चलद लॉकडाउन और करफ्यू दौरान रस्ते बंद होने कारण संगत गुरु घर नतमस्तक होने नहीं पहुँच पा रही सन। कई इतिहासिक दिहाड़े भी संगत घर रह के ही मनाने पे सन। अज सवेरे तड़कसर तो ही संगत सचखंड श्री हरिमंदर साहब विखे नतमस्तक होने पहुंचनिया शुरू हो गई। उन्होंने गुरु घर मत्था टेकया। संगत की सेहत और कोविड-19 के चलद सेहत विभाग के श्रोमणी कमेटी वालों संगत की स्क्रीनिंग उन्होंने सैनिटाइज करवा के ही गुरु घर भेजा जा रहा है। हाँ जी जी, सरकार वालों धार्मिक स्थान खोले गए, की कहना चाहते थे? ਅਸੀਂ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ, ਉਸ ਅਕਾਲ ਪੁਰਖ ਦਾ ਕਿ ਸ਼ੁਕਰ ਹੈ ਅੱਜ ਸਾਨੂੰ ਦਰਸ਼ਨਾਂ ਦਾ ਮੌਕਾ ਮਿਲਿਆ ਹੈ। ਹਰਿਮੰਦਰ ਸਾਹਿਬ ਆਉਣ ਨੂੰ ਤਰਸ ਗਏ ਸੀ, 3 ਮਹੀਨੇ ਤੋਂ ਪਹਿਲਾਂ ਦਰਸ਼ਨ ਕੀਤੇ ਸੀ, 3 ਮਹੀਨਿਆਂ ਬਾਅਦ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਅਤੇ ਸਰਕਾਰ ਦਾ ਵੀ ਸ਼ੁਕਰਾਨਾ ਕਰਦੇ ਹਾਂ ਜੋ ਅੱਜ ਉਹਨਾਂ ਨੇ ਸਾਰੇ ਧਾਰਮਿਕ ਅਸਥਾਨ ਦੇ ਖੁੱਲ੍ਹੇ ਦਰਸ਼ਨ ਵਾਸਤੇ ਪਰਮਿਸ਼ਨ ਦਿੱਤੀ ਆ। ਅਤੇ ਜਿਹਦੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਜਿਹਦੀ ਸਰਕਾਰ ਨੇ ਹਦਾਇਤਾਂ ਦਿੱਤੀਆਂ, ਕੀ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ? ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਦੇ ਜੋ ਵੀ ਹਦਾਇਤਾਂ ਵਾ ਉਹਨਾਂ ਨੂੰ ਮੰਨੋ, ਕਿ ਸੈਨੇਟਾਈਜ਼ਰ ਦੇ ਨਾਲ ਹੱਥ ਸਾਫ਼ ਕਰੋ, ਮਾਸਕ ਪਾ ਕੇ ਜਿੱਥੇ ਵੀ ਜਾਣਾ ਵਾ ਮਾਸਕ ਪਾ ਕੇ ਜਾਓ, ਆਪਣਾ ਆਪਣੇ ਵੱਲੋਂ ਤੁਸੀਂ ਮਤਲਬ ਪੂਰਾ ਧਿਆਨ ਰੱਖੋ ਜੀ। ਹਾਂਜੀ, ਵਾਹਿਗੁਰੂ ਜੀ, ਅਸੀਂ ਬਹੁਤ ਸਮੇਂ ਤੋਂ ਬਾਅਦ ਆਏ ਆਪਣੇ ਪਰਿਵਾਰਾਂ ਸਮੇਤ ਦਰਸ਼ਨ ਕਰਨ ਵਾਸਤੇ, ਬੱਚਿਆਂ ਨੂੰ ਲੈ ਕੇ ਆਏ ਨਾਲ ਆਪਣੇ। ਅਤੇ ਜਿੱਦਾਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸ਼ਰਧਾ ਭਾਵਨਾ ਦੇ ਨਾਲ ਬਹੁਤ ਜ਼ਿਆਦਾ ਸੰਗਤਾਂ ਆਉਣ ਦੀ ਕੋਸ਼ਿਸ਼ ਕਰਦੀਆਂ, ਪਰ ਲੋਕਡਾਊਨ ਦਾ ਕਰਕੇ ਬਹੁਤ ਜ਼ਿਆਦਾ ਸੰਗਤਾਂ ਜਿਹੜੀਆਂ ਕਿ ਨਹੀਂ ਇਸ ਗੱਲ ਤੋਂ ਵਾਂਝੀਆਂ ਰਹਿੰਦੀਆਂ। ਜੇ ਸਰਕਾਰ ਨੇ ਧਾਰਮਿਕ ਸਥਾਨ ਖੋਲ੍ਹੇ ਕੀ ਕਹਿਣਾ ਚਾਹੁੰਦੇ ਤੇ? ਹਾਂਜੀ, ਜੇ ਸਰਕਾਰ ਨੇ ਧਾਰਮਿਕ ਸਥਾਨ ਖੋਲ੍ਹਤੇ ਹੈ ਕੀ ਕਹਿਣਾ ਚਾਹੁੰਦੇ ਹੋ? ਇਹ ਬਹੁਤ ਵਧੀਆ ਗੱਲ ਆ ਜੀ, ਧਾਰਮਿਕ ਸਥਾਨ ਜ਼ਰੂਰੀ ਖੋਲ੍ਹਣੇ ਚਾਹੀਦੇ, ਕਿਉਂਕਿ ਮਹਾਰਾਜ ਗੁਰੂ ਜੀ ਦੇ ਆਸਰੇ ਦੇ ਨਾਲ ਅਤੇ ਸਾਰੀਆਂ ਜਿਹੜੀਆਂ ਬਿਮਾਰੀਆਂ ਘੱਟ ਹੋਣੀਆਂ, ਸਰਬੋਖ ਰੋਗ ਔਖ ਦੇ ਨਾਮ, ਸਾਰਿਆਂ ਰੋਗਾਂ ਦਾ ਜਿਹੜਾ ਦਾਰੂ ਆ ਸਤਿਗੁਰਾਂ ਜੀ ਦੀ ਗੁਰਬਾਣੀ। ਜੇ ਆਪਾਂ ਗੁਰਬਾਣੀ ਤੋਂ ਦੂਰ ਜਾਵਾਂਗੇ ਤਾਂ ਫਿਰ ਤਾਂ ਦੁੱਖ ਜਿਹੜੇ ਉਹ ਘੱਟ ਨਹੀਂ ਹੋਣੇ ਕਦੇ ਵੀ। ਉਹ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਜਿਹੜੀ ਸਰਕਾਰ ਨੇ ਹਦਾਇਤਾਂ ਦਿੱਤੀਆਂ ਕੀ ਕਰਨ ਬਾਰੇ? ਲੋਕਾਂ ਨੂੰ ਇਹ ਅਪੀਲ ਆ ਵੀ ਜਿਹੜੀਆਂ ਸਰਕਾਰਾਂ ਪ੍ਰਸ਼ਾਸਨ ਜੋ ਵੀ ਦੱਸਦਾ ਵਾ ਸਰਕਾਰ ਦਾ ਵੀ ਸਹਿਯੋਗ ਦੇਵੋ, ਪਰ ਮਹਾਰਾਜ ਦੇ ਜਿਹੜੇ ਦਰਸ਼ਨ ਦਿਦਾਰੇ ਕਰਨੇ ਆ ਉਹ ਵੀ ਆਪਣੇ ਟਾਈਮ ਦੇ ਵਿੱਚੋਂ ਜ਼ਰੂਰ ਟਾਈਮ ਕੱਢ ਕੇ ਆਪਾਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਵੀ ਕਰੀਏ, ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਵੀ ਕਿਸੇ ਸੀਮਾ ਦੇ ਵਿੱਚ ਰਹਿ ਕੇ ਸਾਰੀਆਂ ਸੰਗਤਾਂ ਸਤਿਗੁਰਾਂ ਜੀ ਦੇ ਦਰਬਾਰ ਵਿੱਚ ਆਉਣ ਅਤੇ ਨਤਮਸਤਕ ਹੋਣ ਕੇ ਹਾਜ਼ਰੀ ਭਰਨ ਸਤਿਗੁਰਾਂ ਜੀ ਦੇ ਦਰਬਾਰ ਦੇ ਵਿੱਚ। ਹਾਂਜੀ, ਤੁਸੀਂ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹੋ, ਪੰਜਾਬ ਸਰਕਾਰ ਨੇ ਜਿਹੜੇ ਧਾਰਮਿਕ ਸਥਾਨ ਖੋਲ੍ਹੇ, ਕੀ ਕਹਿਣਾ ਚਾਹੁੰਦੇ ਤੁਸੀਂ? ਬੜੀ ਖੁਸ਼ੀ ਦੀ ਗੱਲ ਹੈ ਜੀ, ਬੜੇ ਲੰਬੇ ਸਮੇਂ ਤੋਂ ਸਾਡੀ ਆਸਥਾ ਸੀ ਸੰਗਤਾਂ ਦੀ, ਅਤੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਹਾਂ, ਜਿਹੜੀ ਸਾਡੀ ਲੰਬੇ ਸਮੇਂ ਦੀ ਜੀ ਭੁੱਖ ਹੈ ਅੱਜ ਪੂਰੀ ਹੋਏਗੀ। ਅਤੇ ਜਿਹੜੀ ਸਰਕਾਰ ਨੇ ਗਾਈਡਲਾਈਨ ਦਿੱਤੀ ਆ ਉਹਦਾ ਕਿੰਨਾ ਕੁ ਪਾਲਣਾ ਕਰਦੇ ਲੋਕ? ਉੱਦਾਂ ਤਾਂ ਜੀ ਪਾਲਣਾ ਕਰਨੀ ਚਾਹੀਦੀ ਆ ਤਾਂ ਕਿ ਤੁਹਾਡੀ ਸਿਹਤ ਜਿਹੜੀ ਉਹ ਠੀਕ ਰਹੇ। ਬਾਕੀ ਜਿੱਥੇ ਸਾਡੀ ਆਸਥਾ ਹੈ ਉੱਥੇ ਨਾਲ ਸਾਨੂੰ ਸਿਹਤ ਦਾ ਵੀ ਖਿਆਲ ਰੱਖਣਾ ਪਊਗਾ, ਜਿਹੜੀ ਜੋ ਉਹਨਾਂ ਨੇ ਗਾਈਡਲਾਈਨ ਜਾਰੀ ਕੀਤੀਆਂ ਉਹਨਾਂ ਨੂੰ ਅਡੋਪਟ ਕਰਨਾ ਪਊਗਾ। ਹਰਿਮੰਦਰ ਸਾਹਿਬ, ਸਾਰੇ ਧਾਰਮਿਕ ਸਥਾਨ ਖੁੱਲ੍ਹ ਗਏ, ਕੀ ਕਹਿਣਾ ਚਾਹੁੰਦੇ ਤੁਸੀਂ? ਬਹੁਤ ਖੁਸ਼ੀ ਗੱਲ ਹੈ ਜੀ, ਲੋਕ ਘਰਾਂ 'ਚ ਬੈਠੇ ਸੀਗੇ, ਹੁਣ ਆਣ ਕੇ ਦਰਸ਼ਨ ਕਰਨਗੇ। ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਕਹਿਣਾ ਕਰਨਾ ਚਾਹੀਦਾ? ਲੋਕਾਂ ਨੂੰ ਇਹੀ ਆ ਕਿ ਜੋ ਕੁਝ ਗਾਈਡਲਾਈਨ 'ਚ ਆਈਆਂ ਉਹਨਾਂ ਦੇ ਅਕੋਰਡਿੰਗ ਆਓ, ਜ਼ਿਆਦਾ ਰਸ਼ ਨਾ ਪਾਓ, ਉਹਨਾਂ ਦੀ ਪਾਲਣਾ ਕਰਦੇ ਹੋ, ਦਰਸ਼ਨ ਕਰੋ, ਜਲਦੀ ਵਾਪਸ ਚਲੇ ਜਾਓ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।